ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ SSP ਮੈਡਮ ਕਮਰਦੀਪ ਕੌਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਵਿੜੀ ਗਈ ਹੈ, ਜਿਸ ਤਹਿਤ ਸਮਾਜ ਅੰਦਰ ਵੱਧ ਰਹੇ ਨਸ਼ੇ ਦੇ ਪ੍ਰਭਾਵ ਕਾਰਨ ਮੰਜ਼ਲ ਤੋਂ ਥਿੜਕੀ ਜਵਾਨੀ ਨੂੰ ਮੁੜਲੀ ਤੇ ਲਿਆਉਣ ਲਈ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਬ ਡਿਵੀਜ਼ਨ ਅਮਰਗੜ੍ਹ ਵਿਖੇ ਵੀ ਇੰਸਪੈਕਟਰ ਸੁਖਦੀਪ ਸਿੰਘ ਥਾਣਾ ਮੁਖੀ ਅਮਰਗੜ੍ਹ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਅਜਿਹੇ ਸੈਮੀਨਾਰਾਂ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਸੈਮੀਨਾਰਾਂ ਵਿੱਚ ਜਿੱਥੇ DSP ਹੈੱਡਕੁਆਰਟਰ ਸ੍ਰੀ ਸੁਰਿੰਦਰਪਾਲ ਬਾਂਸਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ, ਉੱਥੇ ਹੀ ਇਲਾਕੇ ਦੇ ਪੰਚਾਂ, ਸਰਪੰਚਾਂ ਤੇ ਮੋਤਬਰਾਂ ਦੀ ਹਾਜ਼ਰੀ ਵੀ ਭਰਵੀਂ ਰਹੀ। ਪੁਲਿਸ ਵੱਲੋਂ ਬਹੁਤ ਵਧੀਆ ਉਪਰਾਲਾ ਕਰੇ ਜਾ ਰਹੇ, ਨਸ਼ੇ ਦੇ ਵਰਖਿਲਾਫ ਮਤਲਬ ਜੋ ਕਰ ਰਹੇ ਨੇ, ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਅਸੀਂ ਨਾ ਪੂਰਾ ਸਹਿਯੋਗ ਕਰਾਂਗੇ, ਵੱਧ ਚੜ੍ਹ ਕੇ ਪੂਰੇ ਹੈਲਪ ਕਰਾਂਗੇ। ਬਹੁਤ ਵਧੀਆ DSP ਸਾਹਿਬ ਵੱਲੋਂ, SHO ਸਾਹਿਬ ਵੱਲੋਂ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ, ਬਹੁਤ ਵਧੀਆ। ਸਾਰੇ ਜੋ ਆਉਣ ਵਾਲੀ ਪੀੜ੍ਹੀ ਆ ਨਸ਼ਿਆਂ ਤੋਂ ਬਚ ਸਕਦੀ ਹੈ ਜੀ, ਜੇ ਉਪਰਾਲਾ ਇਸ ਤਰ੍ਹਾਂ ਕਰਨਗੇ। ਜੋ ਸਾਡਾ ਫਰਜ਼ ਬਣਦਾ ਜੀ, ਅਸੀਂ ਵੱਧ ਤੋਂ ਵੱਧ ਇਹਨਾਂ ਸਹਿਯੋਗ ਦੇਵਾਂਗੇ ਜੀ, ਇਹਨਾਂ ਦੇ ਨਾਲ ਆ ਜੀ ਬਿਲਕੁਲ। ਅੱਜ ਜੋ ਇਹ ਸੈਮੀਨਾਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਨਸ਼ਿਆਂ ਦੇ ਖਿਲਾਫ, ਤੋ ਉਹਦੇ ਵਿੱਚ ਅਸੀਂ ਵੀ ਪਹੁੰਚੇ, ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਵੀ ਵਿਜਿਟ ਕੀਤਾ, ਅਤੇ ਇਹ ਜੋ ਨਵਾਂ ਜ਼ਿਲ੍ਹਾ ਬਣਿਆ ਹੈ ਆਪਣਾ ਮਲੇਰਕੋਟਲਾ, ਉਹਦੇ ਅਧਾਰਤ ਜੋ ਇਹ ਸੈਮੀਨਾਰ ਹੋ ਰਹੇ ਨੇ, ਅਤੇ ਅਸੀਂ ਵੀ ਪੂਰਾ ਸਹਿਯੋਗ ਕਰਦੇ ਹਾਂ ਪੰਜਾਬ ਪੁਲਿਸ ਦਾ, ਅਤੇ ਪੰਜਾਬ ਪੁਲਿਸ ਤੋਂ ਵੀ ਸਹਿਯੋਗ ਮੰਗਦੇ ਹਾਂ ਵੀ ਜੇਕਰ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਇਹੀ ਆਉਂਦਾ ਵੀ ਜਿਹੜੀ ਪਬਲਿਕ ਆ ਉਹਨੂੰ ਪ੍ਰੋਬਲਮ ਆਉਂਦੀ ਆ ਜੇ ਕੋਈ ਦੱਸਦਾ ਨਸ਼ੇ ਦੇ ਖਿਲਾਫ਼। ਅਤੇ ਪਰ ਅੱਜ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਗਿਆ DSP ਸਾਹਿਬ ਵੱਲੋਂ ਅਤੇ SHO ਸਾਹਿਬ ਵੱਲੋਂ ਵੀ ਇੱਦਾਂ ਦੀ ਕੋਈ ਜੇ ਕੋਈ ਦੱਸੋਗੇ ਤਾਂ ਅਸੀਂ ਤੁਹਾਡੇ ਨਾਲ ਪੂਰਾ ਸਹਿਯੋਗ ਦੇਵਾਂਗੇ, ਅਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਲੱਗਦਾ ਫਰਕ ਪਊਗਾ? ਲੱਗਦਾ, ਇੱਦਾਂ ਲੱਗਦਾ ਸਰ ਵੀ ਜਿੱਦਾਂ ਹੁਣ ਜ਼ਿਲ੍ਹਾ ਬਣ ਗਿਆ ਉਹਦੇ ਕਰਕੇ ਬਹੁਤ ਜ਼ਿਆਦਾ ਅਪਰੂਵ ਹੋ ਰਿਹਾ, ਇੱਕ ਹਫ਼ਤੇ 'ਚ ਲੱਗ ਰਿਹਾ ਵੀ ਕੁਛ ਉਮੀਦ ਜੀ ਜਾਗੀ ਆ ਵੀ ਹੋ ਸਕਦਾ। ਕਹਿਣ ਦਾ ਭਾਵ ਇੱਕ ਤਾਂ ਵੀ ਜਿੱਦਾਂ ਸਰ ਪਹਿਲਾਂ ਮੈਡਮ ਆਏ ਸੀ SPD ਦੇ ਵੀ ਉਹਦੇ ਵੀ ਸੈਮੀਨਾਰ 'ਤੇ ਅਸੀਂ ਪਹੁੰਚੇ ਤੇ ਅਤੇ ਅੱਜ ਵੀ, ਅਤੇ ਉਹਦੇ ਕਰਕੇ ਸਾਨੂੰ ਲੱਗ ਰਿਹਾ, ਸਾਨੂੰ ਆਪਣੇ ਆਪ ਨੂੰ ਵੀ ਮਹਿਸੂਸ ਹੋ ਰਿਹਾ ਵੀ ਪੁਲਿਸ ਦੀ ਐਕਟੀਵਿਟੀ ਵਧੀ ਆ ਜੀ, ਅਤੇ ਅਸੀਂ ਚਾਹੁੰਦੇ ਹਾਂ ਵੀ ਜ਼ਰੂਰ ਸਾਡੇ ਹਲਕੇ ਦਾ, ਸਾਡੇ ਪਿੰਡਾਂ ਦਾ, ਦੇ ਸਾਡੇ ਪਿੰਡਾਂ ਦੇ ਵਿੱਚੋਂ ਜੋ ਨਸ਼ੇ ਦੀ ਚੇਨ ਹੈ ਟੁੱਟੇ ਅਤੇ ਸਾਡੇ ਇਹਦਾ ਸੁਧਾਰ ਹੋਵੇ ਜੀ। ਸਾਡੇ ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਲੱਗੇ SSP ਸਾਹਿਬ ਮੈਡਮ ਕਮਰਦੀਪ ਕੌਰ ਦੇ ਹਦਾਇਤਾਂ ਅਨੁਸਾਰ ਜ਼ਿਲ੍ਹਾ ਮਲੇਰਕੋਟਲਾ ਵਿੱਚ ਵੱਖ ਵੱਖ ਥਾਵਾਂ 'ਤੇ ਨਸ਼ਾ ਰੋਕੂ ਅਭਿਆਨ ਚਲਾਏ ਜਾ ਰਹੇ ਹਨ, ਜਿਸ ਸੰਬੰਧੀ ਐਂਟੀ ਡਰਗਸ ਦੇ ਸੈਮੀਨਾਰ ਕੀਤੇ ਜਾ ਰਹੇ ਹਨ। ਉਹਦੇ ਤਹਿਤ ਮੈਂ ਜਿੱਥੇ SHO ਅੰਮ੍ਰਿਤਗੜ੍ਹ ਦੇ ਨਾਲ ਸੈਮੀਨਾਰ 'ਤੇ ਆਇਆ ਸੀ, ਪਬਲਿਕ ਨੂੰ ਇਸ ਬਾਰੇ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੇ ਇਸ ਬਾਰੇ ਸਾਨੂੰ ਸਹਿਯੋਗ ਦੇਣ ਦਾ ਪੂਰਾ ਭਰੋਸਾ ਦਿੱਤਾ ਹੈ। ਕੀ ਲੱਗਦਾ ਸਰ, ਫਰਕ ਪਊਗਾ ਜਿਹੜਾ ਨਸ਼ੇ ਦਾ ਕਾਰੋਬਾਰ? ਬਿਲਕੁਲ ਪਊਗਾ ਜੀ ਫਰਕ। ਜਿਸ ਤਰ੍ਹਾਂ ਅੱਤਵਾਦ ਨੂੰ ਠੱਲ ਪਾਉਣ ਦੇ ਵਿੱਚ ਪਬਲਿਕ ਨੇ ਪੁਲਿਸ ਦਾ ਸਹਿਯੋਗ ਕੀਤਾ ਸੀ, ਮੈਨੂੰ ਪੂਰਾ ਵਿਸ਼ਵਾਸ ਹੈ ਵੀ ਲੋਕ ਇਸ ਨਸ਼ੇ ਰੋਕਣ ਦੇ ਵਿੱਚ ਵੀ ਪੁਲਿਸ ਦਾ ਪੂਰਾ ਸਾਥ ਦੇਣਗੇ, ਉਸ 'ਤੇ ਵੀ ਅਸੀਂ ਜਿੱਤ ਪ੍ਰਾਪਤ ਕਰਾਂਗੇ। ਸਾਡੇ ਜੀ SSP ਮਲੇਰਕੋਟਲਾ ਸ਼੍ਰੀ ਕਮਰਦੀਪ ਕੌਰ ਜੀ ਵੱਲੋਂ ਸਾਨੂੰ ਜਿਹੜੀਆਂ ਹਦਾਇਤਾਂ ਹੋਈਆਂ ਉਹਦੇ ਮੁਤਾਬਕ ਜਿਹੜਾ ਨਸ਼ਿਆਂ ਦੇ ਖਿਲਾਫ਼ ਜਿਹੜੀ ਕਾਰਵਾਈ ਹੈ ਉਹ ਸਾਡੇ ਟਾਰਗੇਟ ਵਿੱਚ 1 ਨੰਬਰ 'ਤੇ ਰੱਖੀ ਗਈ ਹੈ। ਉਹਦੇ ਰਿਗਾਰਡਿੰਗ ਹੀ ਅਸੀਂ ਜਿਹੜੀ ਹੈਗੀ ਹੈ ਨਸ਼ਿਆਂ ਦੇ ਖਿਲਾਫ਼ ਜਿਹੜੀ ਕਾਰਵਾਈ ਇਲਾਕੇ ਦੇ ਵਿੱਚ ਕਰ ਰਹੇ ਹਾਂ, ਉਹਦੇ ਵਿੱਚ ਇੱਕ ਕੜੀ ਜੋੜੀ ਗਈ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਅਵੇਅਰ ਕਰਕੇ ਲੋਕਾਂ ਨੂੰ ਨਾਲ ਜੋੜਨਾ। ਉਹਦੀ ਉਹ ਕੜੀ ਦੇ ਤਹਿਤ ਜਿਹੜਾ ਸੀਗਾ ਅੱਜ ਅਸੀਂ ਇੱਥੇ ਵੇਜ਼ ਵਾਟਰ ਸਕੂਲ ਦੇ ਵਿੱਚ ਆਲੇ ਦੁਆਲੇ ਦੇ 10-15 ਪਿੰਡਾਂ ਦੇ ਮੋਤਵਰ ਜਿਹੜੇ ਸੀਗੇ ਪੰਚ ਸਰਪੰਚਾਂ ਨੂੰ ਮੋਤਵਰ ਲੋਕਾਂ ਨੂੰ ਇਕੱਠੇ ਕਰਕੇ ਜਿਹੜਾ ਸੀਗਾ ਸੈਮੀਨਾਰ ਰੱਖਿਆ ਸੀਗਾ, ਜਿਹ 'ਚ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਨਸ਼ਿਆਂ ਦੇ ਜਿਹੜਾ ਕਾਰਨਾਂ ਬਾਰੇ ਅਤੇ ਨਸ਼ਿਆਂ ਦੇ ਪ੍ਰਭਾਵਾਂ ਬਾਰੇ ਜਿਹੜਾ ਜਾਣਕਾਰੀ ਦਿੱਤੀ ਹੈ ਅਤੇ ਉਹਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਗਰਾਊਂਡ ਲੈਵਲ 'ਤੇ ਸਾਨੂੰ ਪੂਰਾ ਸਹਿਯੋਗ ਦੇਣਗੇ, ਜਿਹੜੇ ਨਸ਼ਿਆਂ ਦੇ ਵਿਰੁੱਧ ਜਿਹੜੀ ਜਾਣਕਾਰੀ ਹੈਗੀ ਹੈ ਉਹ ਸਾਡੇ ਨਾਲ ਸ਼ੇਅਰ ਕਰਨਗੇ ਅਤੇ ਨਸ਼ਿਆਂ ਦੇ ਉੱਪਰ ਰਲ ਕੇ ਕਾਰਵਾਈ ਕਰਵਾਉਣਗੇ। ਦੇਸ਼ ਵਿਦੇਸ਼ ਕੇ ਤਮਾਮ ਖਬਰੋਂ ਸੇ ਜੁੜੇ ਰਹਿਣੇ ਕੇ ਲਿਏ ਸਬਸਕ੍ਰਾਈਬ ਕਰੇ ਸੱਚ ਕਹੋ ਔਰ ਬੈਲ ਆਇਕਨ ਪ੍ਰੈਸ ਕਰਕੇ ਪਾਏ ਹਰ ਲੇਟੈਸਟ ਅਪਡੇਟ ਸਭ ਸੇ ਪਹਿਲੇ।